ਮੇਰੇ ਨਾਲ ਇੱਕ ਵਾਰ ਇੰਸੀਡੈਂਟ ਹੋਇਆ ਸੀ ਇੱਦਾਂ, ਮਤਲਬ ਜਦੋਂ ਮੈਂ ਫਲੈਟ ਬੈਡ ਚਲਾਉਂਦੀ ਸੀ ਪਹਿਲਾਂ, ਡਰਾਈਵਰੀ ਕਰਦੀ ਸੀ ਜਿੱਥੇ, ਉੱਥੇ ਉਹਨਾਂ ਨੇ ਗੋਰੇ ਨੇ ਮਤਲਬ ਮੇਰੇ ਜਿੱਥੇ ਮੈਂ ਲੋਡ ਚੱਕਣਾ ਸੀ ਉਹਨੇ ਉੱਥੇ ਪਿਕਅਪ ਟਰੱਕ ਲਗਾ ਤਾ, ਅਤੇ ਜਦੋਂ ਉਹਨੇ ਪਿਕਅਪ ਟਰੱਕ ਲਗਾਇਆ ਅਤੇ ਮੈਂ ਉਹਨੂੰ ਹੌਂਕ ਕੀਤਾ ਨਾ, ਕਿਉਂਕਿ ਮੈਂ ਰੋਡ ਤੋਂ ਬੈਕ ਕਰਦੀ ਪਈ ਸੀ ਟ੍ਰੇਲਰ, ਮਤਲਬ ਮੈਂ ਨੋਰਮਲ ਸਲਾਈਟਲੀ ਜਿਹਾ ਹੌਰਨ ਕੀਤਾ ਵੀ ਤਾਂ ਜੋ ਉਹਨੂੰ ਬੁਰਾ ਨਾ ਲੱਗੇ, ਹੈ ਨਾ, ਸੋ ਹੀ ਕੈਨ ਮੂਵ ਹਿਜ਼ ਪਿਕਅਪ ਟਰੱਕ। ਮੇਰੇ ਕੋਲ ਆਇਆ ਅਤੇ ਮੈਨੂੰ ਕਹਿੰਦਾ ਯੂ ਆਰ ਸੱਚ ਈਡੀਅਟ ਟਰੱਕਰ, ਹੈ ਨਾ, ਮੈਨੂੰ ਇੱਦਾਂ ਕਹਿੰਦਾ, ਟਰੱਕ ਡਰਾਈਵਰ। ਮੈਨੂੰ ਤਾਂ ਬੜਾ ਗੁੱਸਾ ਚੜਿਆ ਨਾ, ਵੀ ਓਬਵੀਅਸਲੀ ਵੀ ਮੈਂ ਤਾਂ ਆਪਣੀ ਜੋਬ, ਆਮ ਡੂਇੰਗ ਮਾਈ ਜੋਬ ਮੈਨ, ਮੈਨੂੰ ਸਿਟੀ ਦੇ ਵਿੱਚ ਤੁਹਾਡੇ ਆਵਰਸ ਤਾਂ ਹੁੰਦੇ ਆ, ਤੁਸੀਂ ਤੁਹਾਨੂੰ ਲੋਡ ਚੱਕਣਾ ਲਾਉਣਾ ਛੇਤੀ ਛੇਤੀ ਕਰਨਾ ਹੁੰਦਾ ਸਾਰਾ ਕੁਛ, ਹੈ ਨਾ। ਮੈਂ ਬਾਹਰ ਚਲੇ ਗਈ ਟਰੱਕ, ਮੈਂ ਪਾਰਕ ਕਰਕੇ 4-way ਫਲੈਸ਼ਿੰਗ ਔਨ ਕਰਕੇ, ਫਿਰ ਮੈਂ ਉੱਥੇ ਟਰੱਕ ਡਰਾਈਵਰ ਬਣ ਗਈ ਸੀ। ਜੇ ਤੂੰ ਬੋਲ ਸਕਦਾ ਨਾ ਮੈਨੂੰ, ਤਾਂ ਮੈਂ ਵੀ ਤੁਹਾਨੂੰ ਬੋਲ ਸਕਦੀ ਹਾਂ। ਪਰ ਚਲੋ, ਮੈਂ ਉਹ ਟਾਈਮ ਨੂੰ ਮੈਂ ਉਸ ਟਾਈਮ ਕਵਰ ਕੀਤਾ ਅਤੇ ਉਹ ਚਲੇ ਗਿਆ ਗੋਰਾ। ਮੈਂ ਆ